किसान अंदोलन चलदिआं नूं 1 साल तों वध समां हो गया सीगा, जिस नूं लै के जिहड़ा किसान जिहड़ी दिल्ली दी बरूहां ते बैठे हुए सी लगातार, उदों तों ही जिहड़ा लगातार जिहड़े टोल प्लाजे आ, हरियाणा दी गल कीती जावे, पंजाब दी गल कीती जावे, टोल प्लाजे जिहड़े किसानां वल्लों धरना लगा के फ्री करवाए हुए सी, पर उहनां लोकां लई हुण एक मंदभागी इह खबर कह सकदे आ कि टोल प्लाजे जिहड़े हैगे आ 15 तरीक तों शुरू होण जा रहे आ, ते उस दे विच जिहड़ा रेटां दे विच वी इजाफा कर दित्ता गया। असीं इस वक्त खड़े हाँ फलौर लड्डोवाल टोल प्लाजे ते, साडे नाल कुछ ड्राइवर वीर भी इत्थे मौजूद है, गलबात कर लैंदे आ उहनां नाल। 1 साल तों वध दा समां हो गया सीगा किसानां वल्लों जिहड़े टोल जिहड़े फ्री कराए होए सीगे, मुक्त निकलदे सीगे, आपां किसानां दी जित होई आ। उस तों बाद हुण जिहड़े टोल प्लाजे वी इत्थे दुबारा तों तैयारियां शुरू हो गईआं, साफ सफाईआं चल रहियां, ते 15 तरीक नूं दस रहे आ लगन जा रहे आ। तुसीं टिप्पर वाले आ, किन्ना तुहाडा टोल पहलां लगदा सीगा? ਟੋਲ ਪਹਿਲਾਂ ਵੀ ਬੜਾ ਲੈਂਦੇ ਸੀ, ਇਹ ਹੁਣ ਫਿਰ ਕਹਿੰਦੇ ਵਧਾਉਂਦਾ ਹੈ, ਵਧਾਉਣਾ ਇਹਨਾਂ ਨੇ 1 ਸਾਲ ਤੋਂ ਬਾਅਦ। ਕਿਸਾਨਾਂ ਦਾ ਮਸਲਾ ਵੀ ਚਲੋ ਹੱਲ ਹੋ ਗਿਆ, ਬਹੁਤ ਵਧੀਆ, ਵਧਾਈ ਵਾਲੀ ਗੱਲ ਹੈ, ਮੁਬਾਰਕ ਵਾਲੀ ਗੱਲ ਹੈ। ਦੂਜੀ ਗੱਲ ਇਹ ਹੈ ਡਰਾਈਵਰਾਂ ਦਾ ਕੋਈ ਸੁਣਦਾ ਨਹੀਂ ਹੈ, ਕੋਈ ਵੀ ਮਤਲਬ ਬੰਦਾ ਕੋਈ ਡਰਾਈਵਰਾਂ ਸੁਣਦੇ 24 ਘੰਟੇ ਹੀ ਸਰਵਿਸ ਕਰਦੇ ਆ, ਕੋਈ ਸਾਡੀ ਤਨਖਾਹ ਨਹੀਂ ਵਧੀ, ਕੋਈ ਗੱਲ ਨਹੀਂ ਪਾ ਦਿੰਦੀ, ਤਨਖਾਹ ਕੋਈ ਨਹੀਂ ਵਧੀ ਸਾਡੀ, ਤੁਹਾਨੂੰ ਪਤਾ ਹੀ। ਤਾਂ ਦੂਜੀ ਗੱਲ ਇਹ ਹੈ 24 ਘੰਟੇ ਆਪਾਂ ਸਰਵਿਸ ਕਰਦੇ ਹਾਂ, ਠੀਕ ਹੈ, ਰੋਡਾਂ ਦੇ ਧੱਕੇ ਖਾਂਦੇ ਹਾਂ ਜੀ, ਸਾਡੇ ਬੱਚੇ ਛੱਡ ਕੇ ਆਉਂਦੇ, ਮਹੀਨਾ ਮਹੀਨੇ ਬਾਅਦ ਘਰੇ ਜਾਂਦੇ ਹਾਂ, ਸਾਡੇ ਬਾਰੇ ਵੀ ਕੁਝ ਸਰਕਾਰ ਨੂੰ ਸੋਚਣਾ ਚਾਹੀਦਾ ਜੀ। ਹਾਂਜੀ, ਹੋਰ ਮਤਲਬ ਟੂਲ ਜਿਹੜੇ ਉਹ ਵੀ ਘਟਾਉਣੇ ਚਾਹੀਦੇ ਆ ਸਰਕਾਰ ਨੂੰ, ਓਵਰਲੋਡ ਜਿਹੜਾ ਓਵਰਲੋਡ ਵੀ ਬੰਦ ਕਰਨਾ ਚਾਹੀਦਾ, ਅੰਦਰ ਲੋਡ ਮਾਲ ਉਹਦੇ ਰੇਟ ਵਧਾਉਣਾ ਚਾਹੀਦਾ ਜੀ। ਤੇਲ ਦਾ ਡੀਜ਼ਲ ਦਾ, ਡੀਜ਼ਲ ਦਾ ਇਹ ਬੜਾ ਫਰਕ ਹੈ, ਡੀਜ਼ਲ ਘਟਾਉਣਾ ਚਾਹੀਦਾ ਸਰਕਾਰ ਨੂੰ ਜੀ, ਡਰਾਈਵਰਾਂ ਵਾਸਤੇ, ਹਰ ਟਰਾਂਸਪੋਰਟ। ਹਾਂਜੀ, ਗੱਡੀਆਂ ਅੰਡਰਲੋਡ ਹੀ ਚੱਲਣ, ਕੋਈ ਨਹੀਂ ਓਵਰਲੋਡ ਚਲਾ ਕੇ ਰਾਜੀ, ਬਲਕਿ ਸਰਕਾਰ ਆਪ ਚਲਵਾ ਰਹੀ ਆ ਓਵਰਲੋਡ, ਜਦ ਅੰਡਰਲੋਡ ਦਾ ਭਾੜਾ ਵਧੂਗਾ, ਅੰਡਰਲੋਡ ਕਰਨ ਨੂੰ ਕੀ ਹੈ ਇੱਥੇ ਟੂਲ 'ਤੇ, ਓਵਰਲੋਡ ਗੱਡੀ ਜਦ ਪਾਸ ਹੀ ਨਾ ਹੋਊਗੀ ਤਾਂ ਕਿੱਦਾਂ ਕੋਈ ਓਵਰਲੋਡ ਪਾ ਲੂਗਾ, ਜੇ ਪਾਸ ਹੁੰਦੀਆਂ ਨੇ ਤਾਂ ਓਵਰਲੋਡ ਪਾ ਰਹੇ ਆ ਨਾ, ਨਾ ਤਾਂ ਅੰਡਰਲੋਡ ਕਰਦੇ ਆ, ਨੁਕਸਾਨ ਓਵਰਲੋਡ 'ਚ ਮਾਲਕਾਂ ਦਾ ਵੀ ਆ, ਡਰਾਈਵਰ ਦਾ ਵੀ ਆ, ਖੱਜਲ ਖਰਾਬ, ਕਦੇ ਟਾਇਰ ਪਾਟ ਗਿਆ, ਕਦੇ ਕੁਛ ਹੋ ਗਿਆ, ਜੇ ਅੰਡਰਲੋਡ ਚੱਲੇ ਸਾਰੇ ਹੀ ਸੌਖੇ, ਮਾਲਕ ਵੀ ਸੌਖਾ, ਡਰਾਈਵਰ ਵੀ ਸੌਖੇ, ਨਾਲੇ ਸੜਕਾਂ ਵੀ ਵਧੀਆ, ਕਿਸੇ ਦਾ ਕੋਈ ਨੁਕਸਾਨ ਨਹੀਂ। ਟੂਲ ਤਾਂ ਲੈ ਰਹੇ ਆ ਹੱਦੋਂ ਵੱਧ, ਜਿਹੜਾ ਕਿਹੜਾ ਨਹੀਂ ਉਹ ਆ ਕੇ ਮੁੜ ਕੇ ਡਰਾਈਵਰ 'ਤੇ ਚੜ੍ਹ ਜਾਂਦਾ ਵਾ, ਜਿੱਦਾਂ ਕੋਈ ਕਾਰ ਵਾਲਾ ਲਾ ਲਓ, ਆਜੇ ਕੱਲ੍ਹ ਪਰਸੋਂ ਦੀ ਗੱਲ ਆ, ਮੈਂ ਫਗਵਾੜੇ 2 ਦਿਨ ਲਾ ਕੇ ਆਇਆ, ਰੋਂਗ ਸਾਈਡ ਆਇਆ ਕਾਰ ਵਾਲਾ, ਥੱਲੇ ਦੀ ਕੱਢੀ ਕਾਰ ਲਿਆ ਕੇ ਆਪ ਵਿੱਚ ਫਸਾ ਲਈ, 15,000 ਰੁਪਈਆ ਸਾਨੂੰ ਫਿਰ ਕਾਰ ਵਾਲੇ ਨੂੰ ਦੇਣਾ ਪੈ ਗਿਆ, ਉਹਦੇ ਸਾਡੀ ਕੀ ਗਲਤੀ ਸੀ, ਸਿੱਧੇ ਜਾ ਰਹੇ ਹਾਂ ਆਪਣੀ ਲਾਈਨ 'ਚ ਤੁਰੇ, ਬਲਕਿ ਅੱਗੇ ਉਹਦੇ ਆਟੋ ਆ ਗਿਆ, ਆਟੋ ਨੂੰ ਬਚਾਉਣ ਦੇ ਮਾਰੇ ਨੇ ਉਹਨੇ ਕਾਰ ਘੁੰਮਾ ਕੇ ਵਿੱਚ ਕਰ ਲਈ, ਵਿੱਚ ਕਰਕੇ ਗੱਡੀ ਨਾਲ ਕਾਰ ਲੱਗ ਗਈ, 15,000 ਰੁਪਈਆ ਭਰਿਆ ਉਹਦਾ, ਦੱਸੋ ਡਰਾਈਵਰ ਦੀ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਵੀ। ਤੁਸੀਂ ਵੀ ਇਸੇ ਕਿੱਤੇ ਨਾਲ ਜੁੜੇ ਹੋਏ ਆ, ਟੋਲ ਵਧਣ ਲੱਗਾ ਹੈ, ਹੁਣ ਜਿੱਦਾਂ ਤੁਸੀਂ ਆਪਣੀ ਸਮੱਸਿਆ ਦੱਸੀ ਆ, ਟੋਲ ਵੱਧਦਾ ਹੈ, ਡੀਜ਼ਲ ਵੱਧਦਾ, ਸਾਰਾ ਵੱਧਦਾ, ਕਹਿੰਦੇ ਡਰਾਈਵਰ ਦੀ ਤਨਖਾਹ ਨਹੀਂ ਵੱਧਦੀ। ਬਿਲਕੁਲ ਨਹੀਂ ਜੀ, ਡਰਾਈਵਰ ਦੀ ਤਨਖਾਹ ਕੋਈ ਨਹੀਂ ਵਧਿਆ ਕਰਦੀ, ਅਤੇ ਡਰਾਈਵਰ ਨੂੰ ਗੱਡੀ ਨੂੰ ਬਚਦਾ ਵੀ ਕੁਛ ਨਹੀਂ ਹੈ। ਸਭ ਤੋਂ ਬੜੀ ਗੱਲ ਹੈ ਜਿਹੜੇ ਪੁਲਿਸ ਵਾਲੇ ਆ, ਜਗ੍ਹਾ ਜਗ੍ਹਾ ਤਾਂ ਪੈਸੇ ਲੈਂਦੇ ਆ ਜੀ, ਆ ਇਸੇ ਟੋਲ 'ਤੇ ਅੱਗੇ ਖੜ੍ਹੇ, ਉਹ ਸਾਹਮਣੇ ਇੱਥੇ ਟ੍ਰੈਫਿਕ ਵਾਲੇ ਖੜ੍ਹਦੇ ਆ ਜੀ, ਹਰ ਚੌਂਕ ਦੇ ਵਿੱਚ ਸਰਕਾਰ ਬੋਲਦੀ ਕੋਈ ਪੈਸਾ ਨਹੀਂ ਲਊਗਾ ਜੀ, ਜਗ੍ਹਾ ਜਗ੍ਹਾ ਪੈਸੇ ਲੈਂਦੇ ਹੈਗੇ, ਮਾਲਕ ਨੂੰ ਵੀ ਕੀ ਬਚਦਾ ਹੈਗਾ, ਮਾਲਕ ਨੂੰ ਤਦੇ ਜੇ ਬਚੂਗਾ ਤਦੇ ਡਰਾਈਵਰ ਨੂੰ ਦਊਗਾ ਜੀ। ਅਤੇ ਨੰਬਰ 2 ਇਹ ਜਿਹੜੀ ਟੋਲ ਦੀ ਸਮੱਸਿਆ, ਟੋਲ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈਗੀ, ਹੁਣ ਇਹਨਾਂ ਨੇ ਹੋਰ ਰੇਟ ਵਧਾ ਤੇ, ਰੇਟ ਇਹਨਾਂ ਦੇ ਟੋਲਾਂ ਦੇ ਰੇਟ ਘਟਾਉਣੇ ਚਾਹੀਦੇ ਆ, ਇੱਕ ਸੰਘਰਸ਼ ਟੋਲਾਂ ਪ੍ਰਤੀ ਵਿੱਢਣਾ ਚਾਹੀਦਾ ਕਿਸਾਨਾਂ ਨੂੰ ਆ ਕੇ, ਇਹਨਾਂ ਦੇ ਰੇਟ ਵੀ ਘਟਾਉਣੇ ਚਾਹੀਦੇ ਜੀ, ਬਹੁਤ ਮਹਿਮਾਗਾ ਜੀ। ਸਰਕਾਰ, ਕੇਂਦਰ ਸਰਕਾਰ ਕਹਿੰਦੀ ਹੈ ਸਾਡਾ ਤਾਂ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ, 1 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋ ਗਿਆ ਸੀਗਾ ਟੋਲ ਬੰਦ ਹੈ, ਤੇ ਹੁਣ ਇਹਨਾਂ ਨੇ 10-10 ਰੁਪਏ, ਤੁਹਾਡੀ ਜਿਹੜੀ ਗੱਡੀ ਹੈਵੀ ਗੱਡੀ ਹੈ ਇਹਦਾ 10 ਰੁਪਏ ਵਧਾ ਦਿੱਤਾ। 10 ਰੁਪਏ ਤਾਂ ਜੀ ਦੇਖੋ ਪਹਿਲਾਂ ਘੱਟ ਲੈਂਦੇ ਹੈਗੇ, ਜਿਹੜੇ 10 ਰੁਪਏ ਵਧਾਇਆ, 900-1000 ਰੁਪਏ ਦੇ ਤਾਂ ਪਹਿਲਾਂ ਟੋਲ ਹੈਗੇ, 1200-1200 ਰੁਪਇਆ ਟੋਲ ਹੈਗੇ ਇਹਨਾਂ ਦੇ, ਔਰ ਐਡਾ ਵੱਡਾ ਟਰੱਕ ਹੈ ਉਹਨੂੰ 12 ਟਾਇਰ ਲਾ ਕੇ 3000 ਰੁਪਇਆ ਉਹਨੂੰ, ਗੱਡੀ ਨੂੰ 300 ਕਿਲੋਮੀਟਰ ਚੱਲ ਕੇ 3000 ਰੁਪਇਆ ਮਾਲਕ ਨੂੰ ਨਹੀਂ ਬਚਦਾ, 3000 ਰੁਪਇਆ ਵੀ ਬੱਚਤ ਨਹੀਂ ਹੈ ਗੱਡੀ ਦੀ, ਕਿੱਥੋਂ ਦਊਗਾ ਮਾਲਕ ਇਹਨਾਂ ਨੂੰ, ਇਹਨਾਂ ਨੂੰ ਕਿੰਨੇ ਕੁ ਪੈਸੇ ਦੇਣੇ ਆ, ਇਹਨਾਂ ਨੂੰ ਇੱਕ ਗੱਡੀ ਦਾ, ਇੱਕ ਟੱਪਣ ਦਾ ਇਹਨਾਂ ਨੂੰ 1000 ਰੁਪਇਆ ਵੀ ਘੱਟ ਹੈਗਾ, ਮਾਲਕ ਨੂੰ ਇੱਕ 3000 ਰੁਪਇਆ 12 ਟਾਇਰ ਲਗਾ ਕੇ ਗੱਡੀ ਦਾ ਇੰਨਾ ਵਜ਼ਨ ਪਾ ਕੇ, 7-7 ਟਨ ਵਜ਼ਨ ਪਾ ਕੇ ਉਹਨੂੰ ਫਿਰ ਵੀ ਨਹੀਂ ਬਚਦਾ ਇੰਨੇ ਪੈਸੇ, ਕਿੱਥੋਂ ਮਤਲਬ ਗੱਡੀਆਂ ਚੱਲ ਜਾਣਗੀਆਂ। ਸੜਕਾਂ ਦੀ ਗੱਲ ਕਰ ਲਈਏ ਤਾਂ ਸੜਕਾਂ ਦਾ ਥਾਂ ਥਾਂ ਟੁੱਟੀਆਂ ਪਈਆਂ, ਹਾਦਸੇ ਜਿਹੜੇ ਹੋ ਰਹੇ ਆ, ਐਕਸੀਡੈਂਟ ਹੁੰਦੇ ਆ, ਪਤਾ ਨਹੀਂ ਹੁੰਦਾ ਕਿੱਥੇ ਇਹਨਾਂ ਨੇ ਤੋੜ ਕੇ ਆਪਣੀ ਮਸ਼ੀਨਰੀ ਲਾਈ ਹੋਈ ਹੈ। ਬਿਲਕੁਲ ਜੀ ਬਿਲਕੁਲ, ਜਗ੍ਹਾ ਜਗ੍ਹਾ ਹਾਦਸੇ ਹੈਗੇ, ਦੇਖੋ ਜਗ੍ਹਾ ਜਗ੍ਹਾ ਪੱਟੀ ਪਈ ਹੈ, ਸੜਕਾਂ ਦੀ ਸਰਕਾਰਾਂ ਤਾਂ ਬਿਲਕੁਲ ਢੰਡੋਰਾ ਪਿੱਟਦੀਆਂ ਕਿ ਅਸੀਂ ਸੜਕਾਂ ਬਣਾਈਆਂ, ਜਗ੍ਹਾ ਜਗ੍ਹਾ ਇੱਥੋਂ ਚੜ੍ਹੋ ਫਲਾਨੀ ਜਗ੍ਹਾ ਉਤਰੋ, 100-100 ਕਿਲੋਮੀਟਰ ਮਤਲਬ ਨੀਚੇ ਰੋਡ ਤੋਂ ਉਤਰਨਾ ਨਹੀਂ, ਬਿਲਕੁਲ ਰੋਡ ਸਾਫ਼ ਹੈਗੇ,
रोड साफ है, सरकार अपनी जेब तो नहीं है, असी टोल कटाने असी पैसे दिने उदे जाने को सरकार ने किसी भी सरकार ने साडे ते एहसान नहीं किया रोडां दा, जगह जगह पैसे दिने असी 1100 रुपया दिने जी, ये सरकार ने कोई एहसान नहीं किया साडे ते अपनी जेब तो देंदे तद रोड टैक्स नंबर एक तां जदों एजेंसी तो ट्रक लैंदे रोड टैक्स तां उत्थों ही भरदे आ असी, फिर आ जगह जगह 50 किलोमीटर तो फिर मतलब आ छीना छपटी हुंदी है जी, ये फिर कढ़े जांदे आ कित्थों भरे जाणगे इन्ने पैसे कित्थों भरनगे जी, कोई साडे ते एहसान नहीं करदे रोड बना के, सानू पैसे भरने पैंदे जी उहदे, इहदे नाल तो सानू टुट्टे वे रोड ही भले ते अब 1100 रुपया देण नाल तां उहदे चल जांदे उही ठीक ते बिलकुल जी बहुत औखा है, सब तो औखा था ट्रांसपोर्टर वास्ते, इत्थे सब तो ज्यादा किसानां दा हुण जिहड़ा दर्द हैगा हुण ट्रांसपोर्टर नूं महसूस होना हैगा कि किसानां दे बैठण नाल किन्ना कि उहनां नूं मतलब राहत मिली थी अज उन्हां नूं पता लगूगा, चलो कोई बहुत ट्रांसपोर्टर है जिन्हां ने सपोर्ट भी की किसानी अंदोलन, बहुत कुछ इदां दे भी थे जिन्हां ने नहीं भी की, और खैर हुण पता लगूगा जिहड़े नहीं करने वाले भी थे जो पिंडां मतलब शहरां दा कुछ एरिया तबका था जी जिन्हां ने नहीं सपोर्ट की, खैर उन्हां नूं हुण पता चलूगा इहदा कि मतलब आ टोल कटाण नाले कुछ दिनां च पता चलूगा कि किन्ना जेब ते किन्ना असर पैंदा हैगा, इह तां इक मतलब इह जंग पंजाब च आ गया, किसानां नूं टोलां प्रति भी बिढ़नी चाहीदी, जिहड़ा इहनां ने रेट वधाया सगों घटाउणा चाहीदा जी, अपील कि इलेक्शन देखता यूपी का पंजाब का पंजा राज्य इलेक्शन देखते हैं, उन्हें थोड़े हथ कंडे अपना ले जी, हरेक तरह की कोशिश लाई उन्होंने, हरेक तरह का हथ कंडा अपनाया, मतलब जिन्ना चाहे उन्ना बदनाम किया, वो तो चलो परमात्मा की मेहर रही है अंदोलन कामयाब रहा, नहीं टुटन दिता सियाने आगू ते सरकार ने कोई कमी नहीं छड़ी अपने वल तो अंदोलन नूं तोड़न वास्ते जी। सुनिया तुसी ड्राइवर वीर आ गल्लां बड़ियां सियाणियां सुनन नूं मिलियां सानू भी, जिहड़ा रोड दा टैक्स दे रहे आ रोड जिहड़ा इत्थे दुबारा तो लड्डोवाल टोल प्लाजा जिहड़ा 15 तो 14 रात 12 बजे तो बाद जिहड़ा इहनां दे मुलाजमां वल्लों दस्सा जा रहा शुरू होण जा रहा, जिहड़ा सिंगल कार की गल की जाए जीप की गल की जाए 135 रुपए जिहड़ा सिंगल है, जे फास्टैग नहीं लगाया हुआ जे उस लाइन के आ जाते हैं तो दसा जा रहा उस तो 270 रुपए जोड़े ले जाएंगे, उन्होंने वालों अपील की जा रही है कि अपने जोड़ा लगा लिया जाए फास्टैग नहीं लगाया है, जोड़ा हम दर्द भी छलकता पाया है किसानी अंदोलन में लैके जोड़ा एक साल चार पहिया वाहन की गल की जाए ट्रांसपोर्टर की गल की जाए जो फ्री वाहन जो लंघ रहे थे बिना जाम तो लंघ रहे थे, हुण आने वाले दिनों दे विच इत्थे दी जिहड़े स्थिति है की रहेगी ये आने वाला समा दसेगा। फलोर तो कैमरामैन पवनदीप नाल मनीष बाबा जगवाड़े। देश दुनिया दी हर वड्डी खबर नाल जुड़े रहने लई साडे YouTube चैनल नूं सब्सक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ, जेकर तुसी ये वीडियो Facebook ते देख रहे हो तो इस नूं लाइक जरूर करो और ज्यादा तो ज्यादा शेयर भी करो, धन्यवाद।